स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड कोटली संगर श्री मुक्तसर साहब इहनू जिला पैंदा नेड़े इहदे जे पिंडां दी गल करदे आं दोस्तो तां थांदे वाला भी इस पिंड दे नेड़ है। जिहड़े घर चो वीडियो बना रहे हैं दोस्तो बाई दा नाम सारे ही जाणदे होणगे जिहड़े खास करके मेलियां दे विच आपदे पशु लैके जांदे आ जां मेला वेखण जांदे आ ते जां जे गल करिए दोस्तो जिहड़े नीली रावी नसल नूं पसंद करदे आ ओह वीर क्योंकि इन्हां ने नीली रावी नसल उत्ते काम कीता चंगे पशु घर दे विच भी नीली रावी दे रखे ते नाल कुछ पशुआं नूं मेलियां दे विच भी लैके गए जिन्हां दे विचों एक सामने मज्झ है एक अद्धा मेला नहीं दोस्तो इहने बहुत सारे मेले जिते। सो एक थोनू इदां दी मज्झ दिखाउणी है जिहड़ी मेलियां दे विच हरेक मेले तो ही लगभग चाहे वह पी डी एफ ए होवे जां कौमी चैंपियनशिप जिहड़ी हुंदी रही है नैशनल लाइफ स्टॉक चैंपियनशिप वह ते जां जिला लैवल दे मेले कोई मेला इदां दा नहीं भी जिहदे चों सर्टिफिकेट इस मज्झ ने ना जित्या होवे। सो गल्लां बातां भी बाई नाल करांगे दोस्तो डिटेल पुछदे आं वीडियो नूं एंड तक देखियो जिहनूं इह मज्झ चंगी लगेगी आके तसल्ली आप करके तुसीं खरीद लिओ। आओ बाई नाल गल्लबात करदे आं। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਨਾਮ ਦੱਸੋ ਜੀ ਆਪਣਾ। ਨਾਮ ਲਖਵੀਰ ਸਿੰਘ ਜੀ। ਠੀਕ ਹੈ ਲਖਵੀਰ ਕੋਟਲੀ ਸੰਗਰ। ਠੀਕ ਹੈ ਲਖਵੀਰ ਬਾਈ ਮੇਰੇ ਖਿਆਲ 'ਚ ਨੀਲੀ ਰਾਵੀ ਨਸਲ ਕਰਕੇ ਹੀ ਆਪਣਾ ਨਾਮ ਜਿਹੜਾ ਬਹੁਤ ਸਾਰੇ ਵੀਰ ਜਾਣਨ ਲੱਗੇ ਹਨ। ਹਾਂਜੀ ਬਾਈ ਜੀ ਆਪਣਾ ਨੀਲੀ ਰਾਵੀ ਕਰਕੇ ਹੀ ਸਾਰੀ ਜਾਣ ਪਛਾਣ ਬਣੀ ਹੈ। ਸਭ ਤੋਂ ਵੱਡੀ ਮੈਂ ਮੇਰੀ ਇਹ ਪਹਿਲੀ ਮੈਂ ਲਾਡੋ। ਠੀਕ ਹੈ ਇਹਨੇ ਮੇਰਾ ਨਾਮ ਬਣਾਇਆ। ਇਹ ਲਗਭਗ ਜ਼ਿਲ੍ਹੇ ਵਾਲੇ ਮੇਲੇ ਜਿੰਨੇ ਮੁਕਤਸਰ ਦੇ ਆ ਮੁਕਤਸਰ ਦੇ ਜ਼ਿਲ੍ਹੇ ਵਾਲੇ ਮੇਲੇ ਸਾਰੇ ਜਿੱਤੇ ਨੇ। ਠੀਕ ਹੈ ਪਟਿਆਲੇ ਤੋਂ ਵੀ ਦੂਜਾ ਤੀਜਾ ਨੰਬਰ ਸੀ ਇਹਦਾ ਤੇ ਮੁਕਤਸਰ ਮਾਘੀ ਵਾਲੇ ਮੇਲੇ 'ਚ ਸੋਰੀ ਹਾਂ ਮਾਘੀ ਵਾਲੇ ਮੇਲੇ 'ਚ ਵੀ ਦੂਜਾ ਤੀਜਾ ਨੰਬਰ ਰਹਿੰਦਾ ਰਿਹਾ ਇਹਦਾ। ਠੀਕ ਹੈ ਜਾਣੀ ਲਗਭਗ ਜਿਹੜੇ ਮੇਲੇ 'ਚ ਗਈ ਹੈ ਜਿੱਤ ਕੇ ਆਈ ਹੈ। ਜਿੱਤ ਕੇ ਆਈ ਹੈ ਜ਼ਿਲ੍ਹੇ ਵਾਲੇ 'ਚੋਂ ਪਹਿਲਾ ਨੰਬਰ ਆ ਦੂਜਿਆਂ 'ਚੋਂ ਇੱਕ ਦੂਜਾ ਤੀਜਾ। ਠੀਕ ਹੈ ਅੱਛਾ ਬਰੀਡ ਮੁਕਾਬਲਿਆਂ 'ਚ ਫਿਰ ਜਾਂਦੀ ਰਹੀ ਬਈ? ਹਾਂ ਇਹ ਬਰੀਡ ਮੁਕਾਬਲਿਆਂ 'ਚ ਜਾਂਦੀ ਰਹੀ ਹੈ ਜੀ। ਠੀਕ ਹੈ ਸਾਡੀ ਪ੍ਰੋਬਲਮ ਇਹ ਸੀ ਵੀ ਇਹ ਸਾਡੇ ਲੇਡੀ ਚੁਣਦੀਆਂ ਸੀਗੀਆਂ। ਅੱਛਾ ਸਾਡੇ ਹਿਸਾਬ 'ਚ ਨਹੀਂ ਆਉਂਦੀ ਚੁਆਈ ਦੇ ਥੱਲੇ ਹੋਰ 17-18 ਕਿਲੋ ਦੁੱਧ ਸੀਗਾ ਜੀ ਘਰੇ ਵੀ ਚੋਇਆ। ਠੀਕ ਹੈ ਤੇ ਬਹੁਤ ਠੀਕ ਮੈਂ। ਠੀਕ ਹੈ ਅੱਛਾ ਲਖਵੀਰ ਬਾਈ ਇਹ ਮੱਝ ਵੈਸੇ ਆਪਾਂ ਵਿਕਾਊ ਕੀਤੀ ਹੈ ਇਹਦੇ ਬਾਰੇ ਫੇਰ ਗੱਲ ਕਰਾਂਗੇ ਜਿਹੜੀਆਂ ਇਧਰ ਨਾਲ ਝੋਟੀਆਂ ਖੜੀਆਂ ਇਹ ਝੋਟੀ ਇਸੇ ਮੱਝ ਦੀ ਹੈ ਜਾਂ ਹੋਰ ਦੀ ਹੈ? ਨਹੀਂ ਇਹ ਇਹਦੀ ਦੋਹਤੀ ਹੈ ਜੀ ਦੂਜੀ ਝੋਟੀ ਸੀ ਦੂਜੇ ਸੂਏ। ਠੀਕ ਹੈ ਇਹਦੀ ਇਸ ਮੱਝ ਦੀ ਦੋਹਤੀ ਹੈ? ਹਾਂ ਇਸ ਮੱਝ ਦੀ ਦੋਹਤੀ ਹੈ। ਦੋਸਤੋ ਝੋਟੀ ਦੇਖੋ ਇਹਦੀ ਪੂਛ ਜਿਹੜੀ ਉਹ ਟੁੱਟ ਗਈ ਸੀ ਪਿੱਛੇ ਜੇ ਹਾਲਾਂਕਿ ਖਰੀਦੀ ਇਹ ਵੀ ਉਸੇ ਤਰ੍ਹਾਂ ਹੀ ਸੀ ਵੀ ਮੇਲਿਆਂ ਦੇ ਵਿੱਚ ਹੀ ਇਹ ਝੋਟੀ ਲਿਜਾਇਆ ਕਰਨੀ ਹੈ ਬਿਲਕੁਲ ਸੇਮ ਮਾਰਕਿੰਗ ਹੈ ਇਹ ਮੰਨੀਏ ਵੀ ਇਹਦੀ ਜਿਹੜੀ ਨਾਨੀ ਨਾਲ ਖੜੀ ਹੈ ਲਾਡੋ ਮੱਝ ਇੱਦਾਂ ਦੀ ਮਾਰਕਿੰਗ ਇਸ ਝੋਟੀ ਦੀ ਹਾਲਾਂਕਿ ਇਸ ਮੱਝ ਦੀ ਧੀ ਸੀਗੀ ਕੋਈ ਤੇ ਉਹਦੀ ਗਾਂ ਇਹ ਝੋਟੀ ਹੈ ਛੇ ਝੋਟੀ ਇਹ ਗੱਭਣ ਹੋ ਗਈ ਬਈ? ਹਾਂ ਇਹ ਝੋਟੀ ਗੱਭਣ ਹੈ 480 ਤੋਂ ਇਹਦਾ ਡੇਢ ਕੁ ਮਹੀਨਾ ਰਹਿੰਦਾ ਜੀ। ਡੇਢ ਕੁ ਮਹੀਨਾ ਰਹਿ ਗਿਆ 480 ਜਿਹੜਾ ਇਸ ਟਾਈਮ ABC ਸੀ ਬਈ। ਠੀਕ ਹੈ ਦੋਸਤੋ ਡੇਢ ਕੁ ਮਹੀਨਾ ਰਹਿ ਗਿਆ ਝੋਟੀ ਦਾ ਦੇਖੋ ਥੱਲੋਂ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਇਹ ਬਾਈ ਜੀ ਹੋਰਾਂ ਨੇ ਘਰੇ ਰੱਖੀ ਹੈ ਤਾਂ ਮੇਰੇ ਖਿਆਲ ਚ ਆਪਾਂ ਰੱਖਣੀ ਹੈ ਨਾ ਵਿੱਚ ਰੱਖਾਂਗੇ ਲੰਡੀ ਹੋ ਗਈ ਨਹੀਂ ਤਾਂ ਮੈਂ ਰੱਖਣੀ ਸੀ ਹੁਣ ਇਹ ਲੰਡੀ ਹੋਣ ਕਰਕੇ ਰੱਖ ਲਾਂਗੇ ਮੈਂ ਵੇਖ ਜਾਂਗੇ। ਠੀਕ ਹੈ ਜਿਆਦੇ ਪਖੂ ਸੌਂਦੇ ਨੇ ਸਹੀ ਹੈ ਬਾਈ ਇਹਦੇ ਨਾਲ ਇੱਕ ਹੋਰ ਝੋਟੀ ਖੜੀ ਹੈ ਬਾਈ ਇਹ ਝੋਟੀ ਇਹਦੀ ਧੀ ਹੈ ਜੀ ਇਸੇ ਮੱਝ ਦੀ ਧੀ ਹੈ ਇਹਨੇ ਵੀ ਪਹਿਲਾਂ ਸੂਆ ਸੁਣਾ ਇਹਨੇ ਪਹਿਲਾਂ ਸੂਆ ਸੁਣਾ ਠੀਕ ਹੈ ਇਹ ਨਿਆਉਣ ਤੋਂ ਗੱਭ ਬਣਾਈ ਅੱਛਾ ਇਹ ਨਿਆਉਣ ਤੋਂ ਇਹਦੀ ਉਮਰ ਕਿੰਨੀ ਹੋਈ 28 ਮਹੀਨੇ ਉਮਰ ਆਈ 28 ਕਿੰਨਾ ਚਿਰ ਰਹਿ ਗਿਆ ਦੱਸੋ ਇਹਦਾ ਵੀ ਵੀਕ ਦਾ ਰਹਿੰਦੇ ਆ ਇਹ ਆਪ ਆਪ ਕਿਹੜੇ ਬੋਲ ਦੀ ਹੈ ਕੋਈ ਇਹ ਦੁੱਲੇ ਬੋਲ ਦੀ ਹੈ ਮੇਰੇ ਕੋਲ ਬੋਲ ਸੀ ਦੁੱਲਾ ਇੱਕ ਠੀਕ ਹੈ ਫਿਰੋਜ਼ਪੁਰ ਵਿੱਚ ਜਿਹੜਾ ਤੁਸੀਂ ਵੀਡੀਓ ਖੜਵਾਈ ਸੀ ਅੱਗੇ ਠੀਕ ਹੈ ਉਹਦੀ ਧੀ ਹੈ ਉਹਦੀ ਧੀ ਹੈ ਠੀਕ ਹੈ ਹੋਰ ਪਾਸੇ ਮੜਾ ਇੱਧਰ ਦੱਸੋ ਇਸੇ ਤਰ੍ਹਾਂ ਹੀ ਦਿਖਾਉਣਾ ਤੁਹਾਨੂੰ ਇਹ ਵਿਕਰੀ ਵਾਸਤੇ ਨਹੀਂ ਇਹ ਸਿਰਫ ਚੌਂਕੀਆ ਤੌਰ ਤੇ ਤੁਹਾਨੂੰ ਦਿਖਾ ਰਹੇ ਹਾਂ ਨਿਆਉਣ ਬੁੱਲ ਤੋਂ ਇਸ ਟਾਈਮ ਗੱਭਣ ਤੇ ਬਾਈ ਹੋਰਾਂ ਕੋਲ ਸੀਗਾ ਬੁੱਲ ਦੁੱਲਾ ਜਿਹੜਾ ਫਿਰੋਜ਼ਪੁਰ ਦੇ ਵਿੱਚ ਗਿਆ ਆਪਾਂ ਹੀ ਵੀਡੀਓ ਬਣਾਈ ਸੀਗੀ ਉਹ ਦੁਲਚੀ ਕੇ ਦੇ ਨੇੜੇ ਕੋਈ ਪਿੰਡ ਹੈ ਜਿੱਥੇ ਇਸ ਟਾਈਮ ਹੈਗਾ ਸਾਪੂ ਵਾਲਾ ਸ਼ਾਇਦ ਪਿੰਡ ਦਾ ਨਾਮ ਹੈ ਸੋ ਉਸ ਪਿੰਡ ਦੇ ਵਿੱਚ ਗਿਆ ਉਹਦੀ ਧੀ ਹੈ ਇਹ ਬਹੁਤ ਸੋਹਣੀ ਥੱਲੋਂ ਤਿਆਰ ਹੋ ਰਹੀ ਹੈ ਦੇਖ ਲਓ ਤੁਸੀਂ ਹਵਾਨਾ ਨਿਆਉਣ ਬੁੱਲ ਤੋਂ ਇਸ ਟਾਈਮ ਗੱਭਣ ਤੇ ਮਾਂ ਇਹਦੀ ਇਹਦੇ ਨਾਲ ਹੀ ਖੜੀ ਹੈ ਸੋ ਇਹ ਮੱਝ ਵਿਕਾਊ ਆ ਦੋਸਤੋ ਆਓ ਇਹਦੇ ਬਾਰੇ ਥੋੜੀ ਜਾਣਕਾਰੀ ਹੋਰ ਲੈਂਦੇ ਹਾਂ ਲਖਵੀਰ ਬਾਈ ਇਹ ਜਿਹੜੀ ਮੱਝ ਆਪਾਂ ਵੇਚਣੀ ਹੈ ਜੀ ਸੂਆ ਕਿੰਨਾ ਮੈਂ ਇਹਦਾ ਇਹ ਸੂਆ 7ਵਾਂ ਹੈ 7ਵਾਂ ਸੂਆ ਸਹੀ
ਦਿਨ ਕਿੰਨੇ ਲੈ? ਦਿਨ ਇਹਦੇ 20-25 ਰਹਿੰਦੇ ਆ ਬਾਈ ਜੀ। ਠੀਕ ਹੈ, ਤਾਂ ਛੇਤੀ ਪਾਤੀ ਭਾਰੇ ਮੈਂ ਮੁੱਲ ਦੀ ਮੈਂ ਹੈ ਵੀ ਮੌਕੇ ਤੇ ਆ ਕੇ ਕੋਈ ਵੀਰ ਖਰੀਦਦਾ ਤਾਂ ਰਾਹ ਚ ਕੋਈ ਪਹੁ ਨੂੰ ਕੋਈ ਨੁਕਸਾਨ ਹੋ ਜਾਂਦਾ। ਠੀਕ ਹੈ, ਤਾਂ ਇਹ ਕੱਚੀ ਪਾਤੀ ਬਾਈ ਵੀ ਜੇ ਕੋਈ ਜੀ ਨਾ ਲਾਵੇ ਤਾਂ ਵੀ ਟਿਕਾ ਜਾਂਦੀ ਹੈ ਨਾ, ਜੀ ਨਾ ਲਾਵੇ ਜਾਂ ਰਾਹ ਜਾਂਦੀ ਮੌਕੇ ਤੇ ਪਹੁ ਦੀ ਵੀਡੀਓ ਪਾਈਏ ਤਾਂ ਫਿਰ ਲਿਜਾਣਾ ਭਾਰਾ ਪਹੁ ਔਖਾ ਹੋ ਜਾਂਦਾ। ਠੀਕ ਹੈ, ਅੱਛਾ ਹੁਣ ਦੁੱਧ ਰੂਟੀਨ ਚ ਘਰੇ 17-18 ਕਿਲੋ ਦੁੱਧ ਰੂਟੀਨ ਚ ਚੋਇਆ ਜੀ ਸਾਡਾ। ਠੀਕ ਹੈ, ਚੋਂਦੀਆਂ ਲੇਡੀ ਜੀ ਆ? ਚੋਂਦੀਆਂ ਲੇਡੀ ਜੀ ਹੈ ਸਾਡੀ। ਠੀਕ ਹੈ, ਗੱਬਣ ਹੁਣ ਇਹ ਕਿਹੜੇ ਬੋਲ? ਗੱਬਣੇ 480 ਤੋਂ। ਇਹ 480 ਤੋਂ? ਅੱਛਾ, ਰੇਟ ਇਹਦਾ ਕੀ ਰੱਖਾਂਗੇ? ਰੇਟ ਇਹਦਾ ਫੋਨ ਤੇ ਕਰਾਂਗੇ ਬਾਈ। ਫੋਨ ਤੇ ਕਰਾਂਗੇ? ਸਰਟੀਫਿਕੇਟ ਵਿਖਾ ਦਈਏ? ਸਰਟੀਫਿਕੇਟ ਹੈਗੇ ਜੀ ਇਹਦੇ। ਦੱਸੋ, ਇਹ ਤੁਸੀਂ ਉੱਪਰ ਦੇਖੋਗੇ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ 2017 ਚ ਹੋਈ ਸੀ, ਇੱਥੋਂ 3ਜਾ ਸਥਾਨ ਇਹਨੇ ਲਿਆ। ਇਹਦੇ ਉੱਤੇ ਜੇ ਆਪਾਂ ਦੇਖੀਏ ਤਾਂ ਇਹ 2016 ਵਾਲਾ ਸਰਟੀਫਿਕੇਟ ਹੈ, ਇਹਦੇ ਚੋਂ 4ਥਾ ਸਥਾਨ ਸੀਗਾ। ਇਹਦੇ ਉੱਤੇ ਦੋਸਤੋ ਜਿਹੜਾ PDFA ਵਾਲਾ ਮੇਲਾ 17 ਦੇ ਵਿੱਚ ਹੀ ਹੋਇਆ ਸੀਗਾ, ਉਹਦੇ 'ਚ ਵੀ ਇਹਦਾ 4ਥਾ ਸਥਾਨ ਸੀ। ਮਤਲਬ ਸਰਟੀਫਿਕੇਟ ਜ਼ਿਲ੍ਹੇ ਵਾਲੇ ਤਾਂ ਇੰਨੇ ਕਾ ਵੀ ਐਵੇਂ ਤੁਹਾਨੂੰ ਵੀਡੀਓ ਲੰਬੀ ਕਰਨ ਵਾਸਤੇ ਦਿਖਾਈ ਜਾਵਾਂ ਤਾਂ ਜਿੰਨੇ ਮਰਜ਼ੀ ਦਿਖਾ ਦਿਆਂ, ਪਰ ਜਿਹੜਾ ਦੱਸਤਾ ਉਹ ਤੁਸੀਂ ਆ ਕੇ ਦੇਖ ਲਓਗੇ। ਸਾਰੇ ਸਰਟੀਫਿਕੇਟ ਲਗਭਗ ਇਸੇ ਮੱਝ ਦੁਆਰਾ ਹੀ ਜ਼ਿਆਦਾਤਰ ਜਿਹੜੇ ਉਹ ਜਿੱਤੇ ਵੇ ਆ। ਖੋਲ੍ਹੋ ਬਾਈ ਜੀ, ਇਹਨੂੰ ਤੋਰ ਕੇ ਦਿਖਾਈਏ। ਸੂਆ ਦੋਸਤੋ 7ਵਾਂ, ਸੰਭਾਲੀ ਬਹੁਤ ਚੰਗੀ, ਤਿਆਰੀ ਜਿਹੜੀ ਉਹ ਬਹੁਤ ਸੋਹਣੀ ਕਰਦੀ ਆਉਂਦੀ ਹੈ ਕਰਮ ਵਾਲੀ। ਟਾਈਮ ਹਾਲਾਂਕਿ ਹਜੇ ਦਾ 20-25 ਦਿਨ ਪਏ ਆ, ਤੁਹਾਨੂੰ ਦੱਸ ਵੀ ਦਿੱਤੀ ਹੈ ਮੇਨ ਗੱਲ ਵੀ ਇਹ ਮੌਕੇ 'ਤੇ ਵੀਡੀਓ ਪਾਉਣ ਨਾਲੋਂ ਬਿਹਤਰ ਆ ਵੀ ਪਹਿਲਾਂ ਵੀਡੀਓ ਪਾਈ ਜਾਵੇ, ਕਿਉਂਕਿ ਬਿਨਾਂ ਸ਼ੱਕ ਚੰਗੀ ਕੀਮਤ ਦੀ ਮੱਝ ਹੈ, ਅਤੇ ਜੇ ਕੋਈ ਵੀਰ ਦੂਰ ਲਿਜਾਣੀ ਚਾਹੁੰਦਾ ਤਾਂ ਉਹਨੂੰ ਆਪਦੇ ਸਾਧਨ ਦੇ ਉੱਤੇ ਲਿਜਾਣ ਲੱਗਿਆਂ ਬਹੁਤੀ ਦਿੱਕਤ ਨਹੀਂ ਆਉਣੀ। ਪਰ ਜੇ ਬਿਲਕੁਲ ਤਿਆਰੀ ਦੇ ਉੱਤੇ ਵੀਡੀਓ ਪਾਉਣੇ ਆ ਤਾਂ ਫਿਰ ਦਿੱਕਤ ਇਹ ਆ ਜਾਂਦੀ ਹੈ ਵੀ ਕਈ ਵਾਰ ਪਸ਼ੂ ਦਾ ਕੋਈ ਬੱਚੇ ਦਾ ਅੰਦਰੋਂ ਪੇਟ ਦੇ ਵਿੱਚੋਂ ਕੋਈ ਲੋਸ ਨਾ ਹੋ ਜੇ, ਸੋ ਉਹਦੇ ਕਰਕੇ ਇਹਦੀ ਵੀਡੀਓ ਪਹਿਲਾਂ ਪਾ ਰਹੇ ਹਾਂ। ਇੱਕ ਹੋਰ ਕਿਹੜਾ ਕਢਾ ਦਈਏ ਬਾਈ, ਥੋੜ੍ਹਾ ਜਿਹਾ ਇੱਧਰ ਨੂੰ ਤੋਰ ਲਿਓ। ਪਸ਼ੂ ਹੋਰ ਵੀ ਦੋਸਤੋ ਬਾਈ ਜੀ ਹੋਰਾਂ ਕੋਲ ਹੈਗੇ ਆ, ਇਹ ਨਹੀਂ ਵੀ ਇਕੱਲੇ ਇਹ 3 ਨਾਗ ਹੈ, ਇਹ ਤੋਂ ਬਿਨਾਂ ਝੋਟੀਆਂ ਨਾਲ ਹੀ ਬਾਈ ਜੀ ਹੋਰਾਂ ਦੀ ਇੱਕ ਹੋਰ ਬਿਲਡਿੰਗ ਆ ਰਿਹਾ ਐਸ਼ਾ, ਜਿੱਥੇ ਉੱਥੇ ਵੀ ਪਸ਼ੂ ਹੈਗੇ ਆ। ਉਹਨਾਂ ਦੇ ਵਿੱਚੋਂ ਵੀ 3 ਕੁ ਝੋਟੀਆਂ ਅੱਜ ਤੋਂ 1.5 ਮਹੀਨੇ ਨੂੰ ਸੁਣਦੀਆਂ ਜਿਹੜੀਆਂ ਵਿਕਾਊ ਕੀਤੀਆਂ ਵੇਚਣੀਆਂ, ਪਰ ਅੱਜ ਵੀਡੀਓ 'ਚ ਉਹ ਨਹੀਂ ਦਿਖਾਉਂਦੇ ਕਿਉਂਕਿ ਉਹ ਹਜੇ 1.5 ਮਹੀਨਾ ਪਿਆ। ਇਹ ਮੱਝ ਦੇ 20-25 ਦਿਨ ਬਾਕੀ ਹੈ, ਹਵਾਨਾ ਬਣਾਉਣਾ ਸ਼ੁਰੂ ਕਰਤਾ, ਥਣ ਬਹੁਤ ਸੋਹਣੇ ਹੈ। ਬਾ ਮੋੜ ਲਓ ਬਾਈ ਜੀ, ਇਹਦੇ ਸਟਰਕਚਰ ਦਾ ਤਾਂ ਅੰਦਾਜ਼ਾ ਤੁਸੀਂ ਪੁਰਦੀ ਤੋਂ ਲਾ ਸਕਦੇ ਹੋ। ਬਿਲਕੁਲ ਕੁੰਡੇ ਸਿੰਘਾਂ ਦੀ ਹੈ, ਬਹੁਤ ਮੱਝਾਂ ਦੱਸੋ ਰਿੰਗ ਦੇ ਵਿੱਚ ਜਾਂਦੀਆਂ ਜਿਨ੍ਹਾਂ ਦੇ ਵਿੱਚੋਂ ਕਰਮ ਵਾਲੀ ਜਦੋਂ ਵੀ ਗਈ ਹੈ। ਜੇ ਕੋਈ ਕੌਮੀ ਪਸ਼ੂ ਧਨ ਹੈ ਜਿਹੜਾ ਨੈਸ਼ਨਲ ਲਾਈਫ ਸਟੋਕ ਚੈਂਪੀਅਨਸ਼ਿਪ ਆ, ਉਹਦੇ 'ਚੋਂ 3ਜਾ 4ਥਾ ਸਥਾਨ, PDFA ਦੇ ਵਿੱਚੋਂ ਵੀ, ਅਤੇ ਜਿਹੜੇ ਆਮ ਮੇਲੇ ਜ਼ਿਲ੍ਹੇ ਦੇ ਲੱਗਦੇ ਉਹਨਾਂ 'ਚੋਂ ਇਹਦਾ ਪਹਿਲਾ ਸਥਾਨ ਰਿਹਾ ਨੀਲੀ ਰਾਵੀ ਨਸਲ ਦੇ ਵਿੱਚੋਂ ਬਰੀਡ ਮੁਕਾਬਲੇ ਦੇ ਵਿੱਚੋਂ ਬਿਊਟੀ ਵਾਲੇ ਪੱਖ ਤੋਂ। ਸੋ ਦੋਸਤੋ ਅੱਜ ਦੀ ਵੀਡੀਓ 'ਚ ਇਹੀ ਮੱਝ ਤੁਹਾਨੂੰ ਦਿਖਾਉਣੀ ਸੀ। ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਉੱਤੇ ਲੱਗਾ ਹੋਇਆ, ਤੁਸੀਂ ਕਾਲ ਇਸ ਨੰਬਰ 'ਤੇ ਕਰਨੀ ਹੈ, ਆ ਕੇ ਜ਼ਰੂਰ ਦੇਖਿਓ ਜਿਹਨੂੰ ਇਹ ਮੱਝ ਪਸੰਦ ਆਉਂਦੀ ਹੈ, ਚੰਗੀ ਮੱਝ ਹੈ। ਜੇ ਕੋਈ ਬਰੀਡ 'ਤੇ ਕੰਮ ਕਰਨਾ ਚਾਹੁੰਦਾ, ਇਹਦਾ ਰਵਾ ਬਾਈ ਜੀ ਹੋਰਾਂ ਨੇ ਘਰੇ ਰੱਖਿਆ ਹੋਇਆ, ਤੁਸੀਂ ਦੇਖ ਹੀ ਸਕਦੇ ਹੋ। ਇੱਕ ਤਾਂ ਇਹ ਝੋਟੀ ਇਸੇ ਮੱਝ ਦੀ, ਅਤੇ ਇੱਕ ਨਾਲ ਇਸੇ ਮੱਝ ਦੀ ਜਿਹੜੀ ਉਹ ਦੋਹਤੀ ਹੈ, ਸੋ ਰਵਾ ਇਸ ਮੱਝ ਦਾ ਹੈਗਾ ਬਾਈ ਜੀ ਹੋਰਾਂ ਕੋਲ। ਤੁਸੀਂ ਇਹਦੇ ਤੋਂ ਰਵਾ ਬਣਾਉਣਾ ਚਾਹੁੰਦੇ ਹਾਂ ਤਾਂ ਕੰਟੈਕਟ ਨੰਬਰ ਬਾਈ ਨੂੰ ਤੁਸੀਂ ਕਰ ਸਕਦੇ ਹੋ। ਧੰਨਵਾਦ ਵੀਡੀਓ ਦੇਖਣ ਲਈ।